ਜੈ ਗੁਰਦੇਵ। ਧੰਨ ਗੁਰਦੇਵ ਜੀ। ਅੱਜ ਪ੍ਰਭਾਤ ਫੇਰੀ ਦਾ ਦੂਸਰਾ ਦਿਨ ਹੈ ਜੀ। ਅੱਜ ਪ੍ਰਭਾਤ ਫੇਰੀ ਦਾ ਜਿਹੜਾ ਸਵਾਗਤ ਹੈ, ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਣਾ ਹੈ, ਜਿਨ੍ਹਾਂ ਨੇ ਕਿ ਗੁਰਦੁਆਰਾ ਸਾਹਿਬ ਵਿਖੇ ਚਾਹ ਪਕੌੜਿਆਂ ਦੇ ਲੰਗਰ ਤਿਆਰ ਕੀਤੇ ਗਏ ਨੇ। ਸੋ ਅਸੀਂ ਵੀ ਗੁਰਦੁਆਰਾ ਸਾਹਿਬ ਪਹੁੰਚ ਕੇ ਪ੍ਰਭਾਤ ਫੇਰੀ ਵਿੱਚ ਸ਼ਿਰਕਤ ਕਰਾਂਗੇ। ਜੋ ਸੰਗਤਾਂ ਗੁਰਦੁਆਰਾ ਸਾਹਿਬ ਪੁੱਜ ਕੇ ਗੁਰੂ ਜਸ ਗਾਇਨ ਕਰਨਗੇ, ਉਹ ਅਸੀਂ ਤੁਹਾਡੇ ਨਾਲ ਸਾਰੀਆਂ ਸੰਗਤਾਂ ਦੇ ਨਾਲ, ਦੂਰ ਦੁਰੇਡੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ। ਜ਼ਰੂਰੀ ਸੂਚਨਾ ਹੈ ਕਿ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਸਰਬ ਸਾਂਝਾ ਪੌਲ ਟੀ ਵੀ ਉਰਫ ਪੌਲ ਸਾਹਿਬ ਲਾਈਵ, ਜਿਸ ਦੇ ਜ਼ਰੀਏ ਤੁਸੀਂ ਆਪਣੇ ਏਰੀਏ ਦੀਆਂ ਗਤੀਵਿਧੀਆਂ ਦੂਰ ਦੁਰੇਡੇ ਤੱਕ ਪਹੁੰਚ ਸਕਦੇ ਹੋ। ਯਾਦ ਰੱਖਿਆ ਕਰੋ, ਸਰਬ ਸਾਂਝਾ ਪੌਲ ਟੀ ਵੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ, ਕਿਉਂਕਿ ਜਿੰਨਾ ਤੁਸੀਂ ਲਾਈਕ ਕਰੋਗੇ, ਜਿੰਨਾ ਤੁਸੀਂ ਸ਼ੇਅਰ ਕਰੋਗੇ, ਜੋ ਵੀ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇਗੀ, ਉਹ ਸਮੂਹ ਸਾਧ ਸੰਗਤ ਦੇ ਹੱਥ ਵਿੱਚ ਪਹੁੰਚ ਸਕਦੀ ਹੈ। ਸੋ ਆਓ ਆਪਾਂ ਪਹੁੰਚਦੇ ਹਾਂ ਜੀ ਗੁਰਦੁਆਰਾ ਸਿੰਘ ਸਭਾ ਹੀਓਂ, ਜਿੱਥੇ ਕਿ ਪ੍ਰਭਾਤ ਫੇਰੀ ਦਾ ਆਗਮਨ ਹੋ ਰਿਹਾ ਹੈ। ਤੋ ਆਪਾਂ ਪ੍ਰਭਾਤ ਫੇਰੀ ਵਿੱਚ ਸ਼ਿਰਕਤ ਕਰਦੇ ਹਾਂ ਅਤੇ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਗੁਰੂ ਜਸ ਆਪਾਂ ਸਰਵਣ ਕਰੀਏ ਜੀ। ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੋਲ ਕੀ ਸੋਏ ਪਹੁੰਚੈ ਨਾਨਕ ਮਨਸਾ ਸੱਚ ਸਮਾਣੀ ਹੋਵੇ ਹੋਵੇ ਸਾ ਤਨ ਮੁਕਤ ਹੋਈ ਜੀਉ ਹਰੇ ਕਰ ਨਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਕਾਰ ਆਤਮੈ ਸੰਭਾਲੇ ਆਗ ਸ਼ਬਦ ਸਦਾ ਰਹੇ ਵਰਣੈ ਗੁਰ ਬਿਨੈ ਵਰ ਨ ਜਾਣੈ ਕੋਈ ਕਹਿ ਨਾਨਕ ਸੁਣ ਹੋ ਸੰਦੋ ਸੋ ਸਿਰਵੇ ਬੇਮੁਖ ਹੋਵੈ ਬਿਨ ਸਤਗੁਰ ਮੁਕਤ ਨ ਹੋ ਜੇ ਤੂੰ ਗੁਰ ਤੇ ਬੇਮੁਖ ਹੋਵੈ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੋ ਨਹੀਂ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਹੀਂ ਸਤਿਗੁਰੀ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇ ਗੁਣ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਓ ਸੱਚੀ ਬਾਣ ਆਪ ਜੀ 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 ਆਪ ਜੀ
ਕਦੇ ਕਦੇ ਆਉਣਾ।
Thank you.
Thank you.
Thank you.
ਆਦਿ ਦਾ ਗਾਇਨ ਕਰਕੇ ਤੇ ਆਪਾਂ ਇੱਥੋਂ ਵਿਦਿਆ ਹੋਣ ਦੀ ਅਜਾਜ਼ਤ ਦੇਣੀ ਆ। ਸੋ ਸਾਰੇ ਸੰਗਤ ਨੂੰ ਬੇਨਤੀ ਆ ਕਿ ਸਤਿਗੁਰੂ ਦਾਸ ਮਹਾਰਾਜ ਜੀ ਆਪ ਦੀ ਪੂਰੇ ਪਿਆਰ ਪ੍ਰੇਮ ਸਤਿਕਾਰ ਦੇ ਨਾਲ ਪੂਜਾ ਦੀ ਕਿਰਪਾ ਕਰਦੇ। ਨਾਮ
ਸੁਣੇ।